ਇਹ ਸਪਿਰਚੁਅਲ ਸੈਗਮੈਂਟ AMC ਇੰਸ਼ੋਰੈਂਸ ਸਰਵਿਸਿਜ਼ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666 ਤੇ ਫੋਨ ਕਰੋ। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ। ਮੇਰਾ ਸਾਥ ਦੇਣਗੇ ਸਰਦਾਰ ਮੋਹਨ ਸਿੰਘ ਜੀ, ਜਿਹੜੇ ਸਾਡੇ ਮਹਿਮਾਨ ਨੇ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਤੋਂ। ਇਹ ਸੰਸਥਾ ਬੜੇ ਲੰਬੇ ਸਮੇਂ ਤੋਂ ਸੇਵਾ ਕਰ ਰਹੀ ਹੈ ਅਤੇ ਸਰਦਾਰ ਮੋਹਨ ਸਿੰਘ ਜੀ ਇਸ ਦੇ ਇੱਕ ਵਲੰਟੀਅਰ ਨੇ, ਜਿਹੜੇ ਕਿ ਹਮੇਸ਼ਾ ਹੀ ਜਦੋਂ ਵੀ ਇੱਥੇ ਵੈਂਕੂਵਰ ਇਲਾਕੇ ਵਿੱਚ ਆਉਂਦੇ ਨੇ ਸਾਡੇ ਕੋਲ ਆ ਕੇ ਇਨਫੋਰਮੇਸ਼ਨ ਦਿੰਦੇ ਨੇ ਕਿ ਕੁਝ ਕੰਮ ਕੀਤਾ ਜਾ ਰਿਹਾ ਹੈ। ਸੋ ਉਸੇ ਸੰਬੰਧ ਵਿੱਚ ਅੱਜ ਹੋਰ ਇਨਫੋਰਮੇਸ਼ਨ ਲੈਂਦੇ ਹਾਂ ਅਤੇ ਤੁਸੀਂ ਵੀ ਕਿਵੇਂ ਇਸ ਨੇਕ ਕੰਮ ਵਿੱਚ ਹਿੱਸਾ ਪਾ ਸਕਦੇ ਹੋ ਇਸ ਬਾਰੇ ਵੀ ਚਰਚਾ ਕਰਾਂਗੇ। ਸਵਾਗਤ ਕਰਦੇ ਹਾਂ ਸਰ ਮੋਹਨ ਸਿੰਘ ਜੀ ਦਾ। ਜੀ ਹਾਂ ਜੀ ਭਾਈ ਸਾਹਿਬ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ ਮੋਹਨ ਸਿੰਘ ਜੀ, ਬੜੇ ਲੰਬੇ ਸਮੇਂ ਤੋਂ ਤੁਸੀਂ ਇਸ ਸੰਸਥਾ ਨਾਲ ਜੁੜੇ ਹੋਏ ਹੋ ਅਤੇ ਉੱਤਰੀ ਅਮਰੀਕਾ ਵਿੱਚ, ਖਾਸ ਤੌਰ ਉੱਤੇ ਨੌਰਥ ਅਮਰੀਕਾ ਵਿੱਚ ਤੁਸੀਂ ਜਾ ਕੇ ਇਸ ਦੇ ਬਾਰੇ, ਇਸ ਪ੍ਰੋਗਰਾਮ ਬਾਰੇ ਜੋ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਵੱਲੋਂ ਕੀਤਾ ਜਾਂਦਾ ਹੈ, ਸੰਗਤਾਂ ਨੂੰ ਆਗਾਜ਼ ਕਰਦੇ ਹੋ। ਸੋ ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਕਿ ਸਾਡੇ ਕੋਲ ਤੁਹਾਡੇ ਵਰਗੇ ਨਿਸ਼ਕਾਮ ਵਲੰਟੀਅਰਸ ਹੈਗੇ ਨੇ ਜਿਹੜੇ ਕਿ ਇਸ ਮਿਸ਼ਨ ਵਿੱਚ ਜੁੜੇ ਹੋਏ ਨੇ। ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਦੀ ਹੋਂਦ ਜਿਹੜੀ ਹੈ ਉਹ 84 ਤੋਂ ਬਾਅਦ ਜਦੋਂ ਘੱਲੂਘਾਰਾ ਹੋਇਆ ਉਸ ਤੋਂ ਬਾਅਦ ਇਹ ਹੋਂਦ ਵਿੱਚ ਆਈ ਅਤੇ ਬਹੁਤ ਕੁਝ ਕੀਤਾ ਜਾ ਸਕਿਆ ਜੀ। ਲੇਟੈਸਟ ਕੀ, ਕਿਸ ਚੀਜ਼ 'ਤੇ ਫੋਕਸ ਕੀਤਾ ਜਾ ਰਿਹਾ ਅਤੇ ਹੁਣ ਤੱਕ ਜੋ ਹੋਇਆ ਥੋੜ੍ਹਾ ਜਿਹਾ ਉਸ ਦੇ ਉੱਤੇ ਚਾਨਣਾ ਪਾਉਂਦੇ ਹਾਂ ਅਤੇ ਨਾਲ ਹੀ ਅੱਗੇ ਫਰਦਰ ਕੀ ਪਲੈਨਸ ਨੇ ਉਹਦੇ ਬਾਰੇ ਵੀ ਚਰਚਾ ਕਰਨੀ ਹੈ ਜੀ। ਇੱਕ ਤਾਂ ਲੇਟੈਸਟ ਹੈ ਜੀ ਵੀ ਪੰਜਾਬ ਵਿੱਚ ਪਿਛਲੇ 6 ਕੁ ਸਾਲਾਂ ਤੋਂ ਤਕਰੀਬਨ 25 ਕਰੋੜ ਰੁਪਏ ਦੇ, 250,000 ਕੈਨੇਡੀਅਨ ਡਾਲਰ ਦੇ ਸਕਾਲਰਸ਼ਿਪਸ ਇੰਜੀਨੀਅਰਿੰਗ ਕਾਲਜਿਸ, ਮੈਡੀਕਲ ਕਾਲਜਿਸ, ਨਰਸਿੰਗ ਕਾਲਜਿਸ ਅਤੇ ਹੋਰ ਪ੍ਰੋਫੈਸ਼ਨਲ ਕੋਰਸ ਕਰਨ ਵਾਲੇ ਬੱਚਿਆਂ ਨੂੰ ਦਿੰਦੇ ਹਾਂ ਜੀ। ਜਿਸ ਸਦਕਾ ਪਿਛਲੇ 3 ਕੁ ਸਾਲ ਤੋਂ ਹਰ ਸਾਲ 100 ਪੰਜਾਬ ਦਾ ਬੱਚਾ ਬੱਚੀ ਇੰਟੈਲੀਜੈਂਟ ਪਰ ਲੋੜਵੰਦ, ਦੇ ਆਰ ਬਿਕਮਿੰਗ ਡਾਕਟਰਸ, ਇੰਜੀਨੀਅਰਸ, ਨਰਸਿੰਗ ਪ੍ਰੋਫੈਸ਼ਨ, ਚਾਰਟਰਡ ਅਕਾਊਂਟੈਂਸੀ, ਹੋਰ ਅੱਛੇ ਅੱਛੇ ਪ੍ਰੋਫੈਸ਼ਨ ਜਾ ਰਹੇ ਨੇ ਜੀ। ਇਹ ਨਿਸ਼ਕਾਮ ਦੀ ਸਾਲਿਡ ਕੰਟਰੀਬਿਊਸ਼ਨ ਹੈ। ਲੇਕਿਨ ਇਸ ਪ੍ਰੋਗਰਾਮ ਦੀ ਫੰਡਿੰਗ ਸਿੱਖ ਹਿਊਮਨ ਡਿਵੈਲਪਮੈਂਟ ਫਾਊਂਡੇਸ਼ਨ ਮੇਰੀਲੈਂਡ ਕਰਦੀ ਹੈ ਜੀ 100%। ਨਿਸ਼ਕਾਮ ਸਾਰਾ ਕੰਮ ਕਰਦੀ ਹੈ ਜੀ। ਸੈਕਿੰਡਲੀ, ਅਸੀਂ ਇਸ ਵੇਲੇ 185 ਵਿਡੋਜ਼ ਨੂੰ, ਸੀਨੀਅਰ ਸਿਟੀਜ਼ਨ ਜਿਹਨਾਂ ਦੇ ਆਸਰਾ ਨਹੀਂ ਹੈਗਾ, ਉਹਨਾਂ ਨੂੰ ਪੈਨਸ਼ਨਸ ਦਿੰਦੇ ਹਾਂ ਜੀ। ਤੀਜਾ, ਪੰਜਾਬ ਵਿੱਚ ਮਾਤਾ ਗੁਜਰੀ ਬਿਰਦ ਘਰ ਯਤੀਮਖਾਨਾ ਜੀ, ਬਹੁਤ ਵਧੀਆ, ਚੰਡੀਗੜ੍ਹ ਲੁਧਿਆਣਾ ਰੋਡ 'ਤੇ ਜੀ। ਉਸ ਤੋਂ ਇਲਾਵਾ ਸਿਕਲੀਗੜ ਸਿੱਖਾਂ ਦੀ ਪ੍ਰੋਜੈਕਟ ਬਹੁਤ ਪ੍ਰੋਮੀਨੈਂਟ ਹੈ ਨਿਸ਼ਕਾਮ ਦੀ, 2001 ਤੋਂ ਸ਼ੁਰੂ ਕੀਤੀ, ਅੱਜ ਤਕਰੀਬਨ 16 ਸਾਲ ਹੋ ਚੁੱਕੇ ਚੱਲੇ ਨੇ ਜੀ। ਹੁਣ 16 ਸਾਲ ਪਹਿਲਾਂ ਜਦੋਂ ਅਸੀਂ ਜਾਂਦੇ ਸੀ ਸਿਕਲੀ ਘਰਾਂ ਦੇ ਅਤੇ ਦੇਖਦੇ ਸੀ ਵੀ ਉਹਨਾਂ ਦੇ 6-6 ਸਾਲ ਦੇ ਬੱਚੇ ਲੋਹਾ ਕੁੱਟ ਰਹੇ ਅਤੇ ਆਪਣੇ ਪਿਤਾ ਵਾਂਗੂ ਸਮਾਨ ਬਣਾ ਰਹੇ ਜੀ। ਪਾਤਸ਼ਾਹ ਦੀ ਬਖਸ਼ਿਸ਼ ਨਾਲ ਅੱਜ ਸਿਕਲੀ ਘਰ ਸਿੱਖਾਂ ਦੇ 41 ਬੱਚੇ ਕਾਲਜਿਸ ਵਿੱਚ ਜਾ ਰਹੇ ਨੇ, ਜਿਨ੍ਹਾਂ 'ਚੋਂ ਤਕਰੀਬਨ 26 ਲੜਕੇ ਹੈਗੇ ਅਤੇ 15 ਲੜਕੀਆਂ ਹੈਗੀਆਂ ਜੀ। ਲੜਕਿਆਂ ਵਿੱਚੋਂ 2 ਨੇ MBA ਕੰਪਲੀਟ ਕਰ ਲਈ ਹੈ, ਇੱਕ ਨੂੰ ਆਲਰੇਡੀ ਮਹਿੰਦਰਾ ਵਾਲਿਆਂ ਨੇ ਇੰਟਰਨਸ਼ਿਪ ਦਿੱਤੀ ਹੈ ਜੀ, ਦੂਜੇ ਨੂੰ ਕਾਲਜ ਵਾਲੇ ਗਰੁੱਪ ਲੈ ਕੇ ਗਏ ਸਿੰਗਾਪੁਰ ਅਤੇ ਸਾਈਲੋਨ ਟ੍ਰਿਪ 'ਤੇ ਜੀ। ਇੱਕ BTECH ਦੇ ਬੱਚੇ ਨੂੰ ਜਿਹਨੇ, ਜਿਹੜਾ ਹਾਲਾਂ 3rd year ਸੀ, ਹੈਵੀ ਇੰਡਸਟਰੀ ਵਾਲਿਆਂ ਨੇ ਜਾਬ ਦਿੱਤੀ ਹੈ ਜੀ 2.5 ਲੱਖ ਰੁਪਏ ਸਾਲ ਦੀ। ਅੱਛਾ ਜੀ। ਮਤਲਬ ਜਿਹੜੇ ਬੱਚੇ 6-6 ਸਾਲ ਦੇ ਲੋਹਾ ਕੁੱਟਦੇ ਸਨ ਜਿਸ ਕਮਿਊਨਿਟੀ ਦੇ, ਉਸ ਕਮਿਊਨਿਟੀ ਦੇ ਬੱਚੇ ਅੱਜ ਇੱਥੇ ਪਹੁੰਚੇ ਜੀ। ਵੰਡਰਫੁਲ। ਪਰ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤਾਂ ਸੰਗਤਾਂ ਦਾ, ਜਿਨ੍ਹਾਂ ਨੇ ਪੂਰੀ ਸਪੋਰਟ ਦਿੱਤੀ ਹੈ ਜੀ, ਵੀ ਨਿਸ਼ਕਾਮ ਨੂੰ ਕੋਈ ਕਮੀ ਨਹੀਂ ਰਹਿਣ ਦਿੱਤੀ। ਜੇ MBA ਕਰਨ ਵਾਲੇ ਬੱਚਿਆਂ ਦੀ 1,95,000 ਰੁਪਇਆ ਫੀਸ ਸੀ, 5,500 ਕੈਨੇਡੀਅਨ ਡਾਲਰ ਜੀ, ਉਹ ਵੀ ਦਿੱਤੀ ਸੰਗਤ ਨੇ। ਦੂਜੇ ਬੱਚੇ ਦੀ 5,000 US ਡਾਲਰ ਸੀ, US ਦੇ ਇੱਕ ਡੋਨਰ ਨੇ ਦਿੱਤੀ। ਰਾਈਟ। BTECH ਦੇ ਬੱਚਿਆਂ ਦੇ, ਔਰ ਜਿੰਨੇ ਕਾਲਜ ਦੇ ਬੱਚੇ ਸਨ 41,
ਇਹ ਆਲਰੇਡੀ ਸਪੋਂਸਰਡ ਹੈਗੇ ਜੀ, ਡਿਫਰੈਂਟ ਡੋਨਰਸ ਨੇ ਸਪੋਂਸਰ ਕੀਤੇ ਨੇ ਜੀ। ਹੁਣ ਇਸ ਸਾਲ ਹੋਰ ਬੱਚੇ ਆਏ ਨੇ, ਉਹਨਾਂ ਦੀ ਹਾਲਾਂ ਮੇਰੇ ਪਾਸ ਡਿਟੇਲ ਨਹੀਂ ਆਈ, ਅਤੇ ਹੋਰ ਅਗਲੇ ਸਾਲ 30-32 ਬੱਚੇ 12ਵੀਂ ਦਾ ਇਮਤਿਹਾਨ ਦੇਣਗੇ, ਉਸ ਤੋਂ ਅਗਲੇ ਸਾਲ ਤਕਰੀਬਨ 50 ਬੱਚੇ ਦੇਣਗੇ। ਠੀਕ। ਸੋ ਆਸ ਹੈ ਵੀ ਅਗਲੇ 3 ਕੁ ਸਾਲਾਂ ਬਾਅਦ 100 ਕੁ ਬੱਚਾ ਸਿਕਲੀਗਰਾਂ ਦਾ ਕਾਲਜਿਸ ਵਿੱਚ ਹੋਏਗਾ। ਬਹੁਤ ਖੂਬ। ਅਤੇ ਉਸ ਤੋਂ ਬਾਅਦ ਜਾਬਜ਼ ਵੀ ਲੱਗਣੀਆਂ ਸ਼ੁਰੂ ਹੋਣਗੀਆਂ ਜੀ, ਜਿਹੜੇ ਬੀਟੈਕ ਕਰ ਰਹੇ। ਰਾਈਟ। ਸੋ ਮੋਹਨ ਸਿੰਘ ਜੀ, ਜਦੋਂ ਸਿਕਲੀਗਰਾਂ ਸਿੱਖਾਂ ਦੀ ਅਸੀਂ ਗੱਲ ਕਰਦੇ ਹਾਂ, ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਜ਼ਿਆਦਾਤਰ ਕਿੱਥੇ ਕੇਂਦਰਿਤ ਨੇ, ਅਤੇ ਤੁਸੀਂ ਜਦੋਂ ਉੱਥੇ ਜਾਂਦੇ ਹੋ ਤੁਹਾਡਾ ਕੀ ਪ੍ਰੋਸੈਸ ਹੁੰਦਾ? ਕਿਉਂਕਿ ਆਫਟਰ ਆਲ ਬੱਚਿਆਂ ਨੂੰ ਲੱਭਣਾ, ਫਿਰ ਉਹਨਾਂ ਨੂੰ ਫਾਈਨੈਂਸ ਕਰਨਾ ਪੜ੍ਹਾਈ ਵਾਸਤੇ, ਬਹੁਤ ਸਾਰੇ ਬੱਚੇ ਨੇ, ਪਰ ਕਿਸ ਤਰੀਕੇ ਨਾਲ ਤੁਸੀਂ ਕੋਈ ਕੀ ਪੈਮਾਨਾ ਅਡੋਪਟ ਕੀਤਾ ਜਿਹਦੇ ਨਾਲ ਕਿ ਤੁਸੀਂ ਉਹਨਾਂ ਨੂੰ ਅਡੋਪਟ ਕਰਕੇ ਫਿਰ ਫਰਦਰ ਐਜੂਕੇਸ਼ਨ ਦਿੰਦੇ? ਇਹਨਾਂ ਦੀਆਂ ਬਸਤੀਆਂ ਹੈਗੀਆਂ ਜੀ ਸ਼ਹਿਰਾਂ ਦੇ ਐਜ 'ਤੇ, ਸ਼ਹਿਰਾਂ ਦੇ ਵਿੱਚ ਜੀ, ਕਿਤੇ 10 ਪਰਿਵਾਰ, ਕਿਤੇ 20 ਪਰਿਵਾਰ, ਕਿਤੇ 15, ਕਿਤੇ 5, ਕਿਤੇ ਕਰਨਾਟਕਾ ਵੀ ਅਤੇ 2-2, 3-3 ਪਰਿਵਾਰ ਵੀ ਸਨ। ਓਕੇ। 15 ਸ਼ਹਿਰਾਂ ਦੀਆਂ 25 ਬਸਤੀਆਂ ਸਨ ਜਿਹੜੀ ਪਹਿਲੀ ਵਾਰੀ ਵਿਜ਼ਿਟ ਕਰਕੇ ਇਹਨਾਂ ਦੇ ਘਰਾਂ ਦੀ ਹਾਲਤ ਕਿੰਨੇ ਝੁੱਗੀਆਂ, ਕਿਸ ਤਰ੍ਹਾਂ ਦੀਆਂ ਮਿਜ਼ਰੇਬਲ ਸਨ, ਘਰਾਂ ਦੇ ਅੰਦਰ ਸਮਾਨ ਕੀ ਸੀ। ਉਦੋਂ ਤਾਂ ਬੱਚੇ ਸਕੂਲ ਜਾਂਦੇ ਹੀ ਨਹੀਂ ਸਨ, ਭੇਜਦੇ ਹੀ ਨਹੀਂ ਸਨ। 6-7 ਸਾਲ ਦੇ ਬੱਚੇ ਨੂੰ ਕੰਮ ਸਿਖਾ ਦੇਣਾ, 12-13 ਸਾਲ ਦਾ ਬੱਚਾ ਜਿਹੜਾ ਉਹ ਆਪਣੇ ਪਿਤਾ ਵਾਂਗੂ ਪੂਰਾ ਕੰਮ ਕਰਦਾ ਸੀ। ਸੋ ਇਹਨਾਂ ਨੂੰ ਅਨਇੰਪਲਾਈਮੈਂਟ ਦੀ ਕੋਈ ਪ੍ਰੋਬਲਮ ਨਹੀਂ ਸੀ, ਖਾਣ ਪੀਣ ਦੀ ਕੋਈ ਪ੍ਰੋਬਲਮ ਨਹੀਂ ਸੀ। ਇੱਕੋ ਪ੍ਰੋਬਲਮ ਸੀ ਵੀ ਗਰੀਬੀ ਖੜਾ ਨਹੀਂ ਸੀ ਛੱਡਦੇ, ਵੀ ਜੋ ਸਮਾਨ ਬਣਾਉਂਦੇ ਸਨ ਸਵੇਰੇ 6-7 ਵਜੇ ਤੋਂ ਲੈ ਕੇ 2 ਕੁ ਵਜੇ ਤੱਕ ਸ਼ਾਮ ਨੂੰ ਉਹੀ ਆਪ ਵੇਚਣ ਜਾਂਦੇ ਸਨ ਗਲੀਆਂ 'ਚ, ਬਾਜ਼ਾਰ, ਕਦੀ ਵਿਕਦਾ ਸੀ ਕਦੀ ਨਹੀਂ ਸੀ ਵਿਕਦਾ। ਸੋ ਓਵਰਆਲ ਇਨਕਮ ਜਿਹੜੀ ਸੀ ਉਹ ਹਮੇਸ਼ਾ ਲਿਮਿਟਿਡ ਹੀ ਰਹਿੰਦੀ ਸੀ। ਕਦੀ ਬਾਰਿਸ਼ ਹੋ ਗਈ, ਕਦੀ ਝੱਖੜ ਆ ਗਿਆ, ਜਾ ਹੀ ਨਹੀਂ ਸਕੇ, ਵੇਚ ਹੀ ਨਹੀਂ ਸਕੇ, ਵਿਚ ਕੇ। ਸੋ ਇਸ ਕਰਕੇ ਸਾਡੀ ਸੋਚ ਇਹ ਸੀ ਵੀ ਇਹਨਾਂ ਨੂੰ ਪੈਸੇ ਦੇ ਕੇ, ਰਾਸ਼ਨ ਦੇ ਕੇ ਗਰੀਬੀ ਨਹੀਂ ਦੂਰ ਹੋ ਸਕੀ। ਇੱਕੋ ਤਰੀਕਾ ਹੈ ਕਿ ਇਹਨਾਂ ਦੇ ਬੱਚੇ ਸਾਡੇ ਬੱਚਿਆਂ, ਸਾਡੇ ਪੋਤੀਆਂ ਪੋਤਿਆਂ ਵਾਂਗੂ ਐਜੂਕੇਟ ਹੋਣਗੇ, ਅਤੇ ਉਹਨਾਂ ਦੀ ਅਗਲੀ ਜਨਰੇਸ਼ਨ ਜਿਹੜੀ ਹੈ ਉਹ ਆਪ ਪੜ੍ਹਾਉਣਗੇ, ਸ਼ੌਕ ਨਾਲ ਪੜ੍ਹਾਉਣਗੇ। ਹੁਣ ਤਾਂ ਅਸੀਂ ਜ਼ਬਰਦਸਤੀ ਉਹਨਾਂ ਨੂੰ ਸਕੂਲ ਵਾਸਤੇ ਪ੍ਰੇਰਦੇ ਹਾਂ, ਫਿਰ ਸਾਨੂੰ ਕਹਿਣ ਦੀ ਲੋੜ ਨਹੀਂ ਪਏਗੀ। ਰਾਈਟ। ਜਿਹੜੇ ਬੱਚੇ 10 ਜਮਾਤਾਂ ਵੀ ਪਾਸ ਕਰ ਜਾਣਗੇ ਉਹ ਵੀ ਘੱਟੋ ਘੱਟ ਆਪਣੇ ਬੱਚਿਆਂ ਨੂੰ ਸਕੂਲ ਸ਼ੌਕ ਨਾਲ ਭੇਜਣਗੇ। ਰਾਈਟ। ਸੋ ਇਹ ਸਾਡੀ ਸੋਚ ਸੀ ਜਿਹੜੀ ਪਾਤਸ਼ਾਹ ਦੀ ਬਖਸ਼ਿਸ਼ ਨਾਲ ਅੱਜ ਚੰਗਾ ਰੰਗ ਲਿਆ ਰਹੀ ਹੈ। ਸੋ ਜਦੋਂ ਤੁਸੀਂ ਉੱਥੇ ਜਾਂਦੇ ਸੀ, ਆਫਟਰ ਆਲ ਇੱਕ ਘਰ ਦੇ ਵਿੱਚ ਜਿੱਥੇ ਇੱਕ ਬੱਚਾ ਕਮਾ ਰਿਹਾ, ਮਾਂ ਬਾਪ ਕੋਲੋਂ ਕੋਈ ਰੈਜ਼ਿਸਟੈਂਸ ਮਿਲੀ ਕਿ ਨਹੀਂ, ਅਸੀਂ ਨਹੀਂ ਇਹ ਬੱਚੇ ਨੂੰ ਪੜ੍ਹਾਉਣਾ ਚਾਹੁੰਦੇ, ਕਿ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਉਹ ਇਸ ਪਾਸੇ ਨੂੰ ਸੋਚਣਾ ਸ਼ੁਰੂ ਕਰਨ ਕਿ ਐਜੂਕੇਸ਼ਨ ਇਜ਼ ਦਾ ਓਨਲੀ ਆਂਸਰ ਜੇ ਇਸ ਗੁਰਬਤ ਤੋਂ ਬਾਹਰ ਨਿਕਲਣਾ? ਰੈਜ਼ਿਸਟੈਂਸ ਤਾਂ ਬਹੁਤ ਆ ਗਈ ਸੀ। ਯੂ ਵਿਲ ਨਾਟ ਬਿਲੀਵ ਕਿ ਅਸੀਂ ਕਾਲੋਨੀ 'ਚ ਗਏ ਅਤੇ ਜਦੋਂ ਪੜ੍ਹਾਈ ਪੜ੍ਹਾਈ ਦੀ ਗੱਲ ਕਰੀ ਬੱਚੇ ਨਾਲ ਸਾਰੇ ਜੰਗਲ ਨੂੰ ਭੱਜ ਗਏ। ਮਾਪੇ ਕਹਿੰਦੇ ਵੀ ਅਸੀਂ ਕੀ ਕਰੀਏ। ਰਾਈਟ। ਸੋ ਇਹਨਾਂ ਹਾਲਾਤ ਵਿੱਚ ਮਿਸ਼ਨਰੀ ਇੰਗੇਜ ਕਰਕੇ, ਵਾਲੰਟੀਅਰ ਉਹਨਾਂ ਨੂੰ ਹੌਲੀ ਹੌਲੀ, ਕਿਉਂਕਿ ਸਾਰਾ ਕੁਝ ਹੁਣ ਬੱਚੇ ਅਗਰ ਉਹਨਾਂ ਦੀਆਂ ਓਰਿਜਨਲ ਪਿਕਚਰ ਦੇਖੋ ਤਾਂ ਤੁਸੀਂ ਦੇਖੋ ਵੀ ਇਹਨਾਂ ਦੀ ਡਰੈਸ ਜਾਂ ਇਹਨਾਂ ਦਾ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਸੀ। ਪਰ ਇੱਕ ਚੀਜ਼ ਜਿਹੜੀ ਇਹਨਾਂ ਦੀ ਇੱਕ ਯੂਨੀਕ ਚੀਜ਼ ਜਿਹੜੀ ਹੈਗੀ ਹੈ ਕਿ ਇਹਨਾਂ ਨੇ ਕੇਸ ਜਿਹੜੇ ਨੇ ਉਹ 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 ਰੱਖੇ ਹੋਏ ਨੇ, ਸਿੱਖੀ ਸਰੂਪ ਨੂੰ ਇਹਨਾਂ ਨੇ ਬਿਲਕੁਲ ਫਿਡਰ ਨਹੀਂ ਕੀਤਾ। ਉਹਦੇ ਨਾਲ ਸਿਕਲੀਕਰ ਜੋ ਤੁਸੀਂ ਕਹਿੰਦੇ, ਇਹ ਨਾਂ ਕਿਉਂ ਦਿੱਤਾ ਗਿਆ ਸਿਕਲੀਕਰ? ਸਿਕਲੀ ਤਾਂ ਐਕਚੁਲੀ ਕਹਿੰਦੇ ਜੀ ਪਾਲਿਸ਼ ਨੂੰ, ਇਹ ਜਿਹੜਾ ਸਮਾਨ ਲੋਹੇ ਦਾ ਬਣਾਉਂਦੇ ਸਨ ਹਾਂਜੀ, ਉਹਨੂੰ ਪਾਲਿਸ਼ ਕਰਦੇ ਸਨ, ਓਕੇ, ਉਹਨੂੰ ਸਿਕਲੀ ਕਹਿੰਦੇ ਅਤੇ ਇਹਨਾਂ ਦਾ ਨਾਂ ਸਿਕਲੀਕਰ ਪੈ ਗਿਆ। ਓਕੇ। ਬੇਸਿਕਲੀ ਲੋਹਾਰ ਹੈਗੇ। ਰਾਈਟ। ਅਤੇ ਬੜੇ ਸਕਿੱਲਡ ਹੈਗੇ ਸਨ। ਗੁਰੂ ਹਰਗੋਬਿੰਦ ਸਾਹਿਬ ਤੋਂ ਸਮੇਂ ਤੋਂ ਹੀ ਇਹ ਜੁੜੇ ਹੋਏ ਨੇ, ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਹਥਿਆਰ ਬਣਾਉਣ ਆਏ ਸਨ। ਰਾਈਟ। ਉਦੋਂ ਸਿੱਖ ਨਹੀਂ ਸਨ ਜੀ, ਪਰ ਗੁਰੂ ਘਰ ਦੀ ਰਹਿਤ ਬਹਿਤ ਦੇਖ ਕੇ ਜੁੜੇ ਰਹੇ ਗੁਰੂ ਘਰ ਨਾਲ। ਓਕੇ। ਦਸਮ ਪਾਤਸ਼ਾਹ ਦੇ ਸਮੇਂ ਬਾਕਾਇਦਾ ਖੰਡੇ ਬਾਟੇ ਦੀ ਪੌਲ ਛੱਕ ਕੇ ਸਿੰਘ ਸੱਚੇ, ਹੁਣ ਦੇਖੋ ਗੁਰੂ ਪਾਤਸ਼ਾਹ ਨੇ ਤਾਂ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਜੀ, ਪਰ ਇਹਨਾਂ ਵਿੱਚ ਪਤਾ ਨਹੀਂ ਕਿਹੜੀ ਸਪਿਰਿਟ ਭਰੀ ਵੀ ਇਹਨਾਂ ਨੇ ਸਿੱਖੀ ਸਰੂਪ ਨਾਲ ਖਿਲਵਾੜ ਨਹੀਂ ਕੀਤੀ, ਸਿੱਖੀ ਸਰੂਪ ਪੂਰੀ ਤਰ੍ਹਾਂ ਕਾਇਮ ਰੱਖੀ ਜੀ। ਔਰ ਕਰਨਾਟਕਾ ਵਿੱਚ ਤਾਂ ਮੈਂ ਜਾ ਕੇ ਦੇਖਿਆ ਵੀ ਜੇ ਕੋਈ ਬੱਚਾ
ਸਿੱਖੀ ਤੋਂ ਪਰੇ ਹੁੰਦਾ ਤੇ ਉਹਨੂੰ ਕੱਢ ਦਿੰਦੇ ਅੱਛਾ ਕਬੀਲੇ ਚੋਂ ਬਾਈਕਾਟ ਕਰਦੇ ਓਕੇ ਮਤਲਬ ਇੰਨੇ ਕੱਟ ਰਹਿ ਗਏ ਅੱਛਾ ਮੋਟੀਵੇਸ਼ਨ ਦਾ ਇਹ ਸੀ ਵੀ ਜਦੋਂ ਇਹਨਾਂ ਦੇ ਅਸੀਂ ਚਾਰ ਚਾਰ ਸਾਲ ਦੇ ਬੱਚੇ ਭੇਜਣੇ ਸ਼ੁਰੂ ਕੀਤੇ ਰੁੱਲੇ ਖੁੱਲੇ ਹੁੰਦੇ ਸਨ ਫਸਟ ਕਲਾਸ ਡਰੈਸ ਪਾ ਕੇ ਜਾਂਦੇ ਜਦੋਂ ਦੇਖਦੇ ਵੀ ਸਾਰੇ ਬੱਚੇ ਸੋਹਣੇ ਲੱਗਦੇ ਬਿਲਕੁਲ ਡਰੈਸ ਪਾ ਕੇ ਸਕੂਲ ਦਾ ਥੱਲੋਂ ਬੂਟ ਜਰਾਬਾਂ ਸਾਰਾ ਕੋਈ ਟਾਈਆਂ ਲਾ ਕੇ ਦੈਟ ਬਿਕੇਮ ਐਨ ਅਟਰੈਕਸ਼ਨ ਸੋ ਹੌਲੀ ਹੌਲੀ ਵੀ ਜੇ 100 ਬੱਚਾ ਗਿਆ ਅਤੇ ਉਹਨਾਂ ਵਿੱਚੋਂ 25-30 ਡਰਾਪ ਹੋ ਗਏ 70 ਕੁ ਰਹਿ ਗਏ ਅਤੇ ਗ੍ਰੈਜੂਅਲੀ ਹੁਣ ਵੀ ਡਰਾਪ ਆਊਟ ਹੁੰਦੇ ਨੇ ਜੀ ਰਾਈਟ ਲੇਕਿਨ ਇਹ ਹੈ ਵੀ ਓਵਰਆਲ ਪਿਕਚਰ ਜਿਹੜੀ ਹੈ ਉਹ ਹੁਣ ਅੱਛੀ ਹੈਗੀ ਬਹੁਤ ਖੂਬ ਗ੍ਰੈਜੂਅਲੀ ਮੋਹਨ ਸਿੰਘ ਜੀ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਵਾਪਸ ਆ ਕੇ ਕਿ ਜਿੱਥੇ ਇਹ ਬਹੁਤ ਹੀ ਗੁਰਬਤ ਤੋਂ ਪੀੜਤ ਇਹ ਜਿਹੜੇ ਪਰਿਵਾਰ ਸਨ ਉਹਨਾਂ ਵਾਸਤੇ ਨਿਸ਼ਕਾਮ ਨੇ ਘਰ ਵੀ ਬਣਾਏ ਕੋਲੋਨੀਜ਼ ਵੀ ਇਸਟੈਬਲਿਸ਼ ਹੋਈਆਂ ਹੋਰ ਕੀ ਕੁਝ ਕੀਤਾ ਗਿਆ ਅਤੇ ਫਰਦਰ ਕੀ ਪਲੈਨਸ ਨੇ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਇਸ ਬ੍ਰੇਕ ਤੋਂ ਬਾਅਦ ਜੀ ਥੈਂਕ ਯੂ ਇਹ ਸਪਿਰਚੁਅਲ ਸੈਗਮੈਂਟ AMC ਇੰਸ਼ੋਰੈਂਸ ਸਰਵਿਸਿਜ਼ ਵੱਲੋਂ ਸਪਾਂਸਰ ਕੀਤਾ ਗਿਆ ਹੈ 604-507-6666 'ਤੇ ਫੋਨ ਕਰੋ ਮੋਟਾਪਾਪਨ ਇੱਕ ਵੱਡੀ ਸਮੱਸਿਆ ਹੈ ਅਤੇ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਜੁੜੀਆਂ ਹਨ ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਆਈਡੀਅਲ ਵੇਟ ਕੀ ਹੋਣਾ ਚਾਹੀਦਾ ਹੈ ਮਾਰਕਸ ਫਾਰਮੇਸੀ 'ਤੇ ਅਪੁਆਇੰਟਮੈਂਟ ਬੁੱਕ ਕਰਾਓ ਅਤੇ ਜਾਣਕਾਰੀ ਲਓ ਕਿ ਕਿਵੇਂ ਫੈਟ ਘਟਾਉਣਾ ਹੈ ਵੇਟ ਲੋਸ ਲਈ ਨੈਚੁਰਲ ਰੈਮਡੀਜ਼ ਅਪਣਾਓ ਅਤੇ ਜ਼ਿੰਦਗੀ ਵਿੱਚ ਮੁੜ ਤੋਂ ਖੁਸ਼ੀਆਂ ਵਾਪਸ ਲਿਆਓ ਇਹ ਤੁਹਾਡਾ BMI ਵੇਖ ਕੇ ਡਾਇਟ ਪਲਾਨ ਵੀ ਬਣਾਉਣਗੇ ਵਾਜਬ ਕੀਮਤਾਂ ਅਤੇ ਸਪਲੀਮੈਂਟਸ ਅਤੇ ਦਵਾਈਆਂ ਵੀ ਲੈ ਸਕਦੇ ਹੋ 120 ਸਟਰੀਟ ਅਤੇ 80 ਐਵਨਿਊ ਡੈਲਟਾ ਵਿੱਚ ਹੈ ਮਾਰਕਸ ਫਾਰਮੇਸੀ 604-596-1774 ਇਹ ਸਪਿਰਚੁਅਲ ਸੈਗਮੈਂਟ AMC ਇੰਸ਼ੋਰੈਂਸ ਸਰਵਿਸਿਜ਼ ਵੱਲੋਂ ਸਪਾਂਸਰ ਕੀਤਾ ਗਿਆ ਹੈ 604-507-6666 'ਤੇ ਫੋਨ ਕਰੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ ਸਰਦਾਰ ਮੋਹਨ ਸਿੰਘ ਜੀ ਜਿਹੜੇ ਸਾਡੇ ਮਹਿਮਾਨ ਨੇ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਤੋਂ ਜਾਣਕਾਰੀ ਦੇ ਰਹੇ ਨੇ ਕੀ ਇਸ ਸੰਸਥਾ ਵੱਲੋਂ ਕੀਤਾ ਜਾ ਰਿਹਾ ਅਤੇ ਫਰਦਰ ਇਹਨਾਂ ਦੇ ਕੀ ਪ੍ਰੋਜੈਕਟਸ ਨੇ ਆਓ ਇਸ ਬਾਰੇ ਹੋਰ ਜਾਣਕਾਰੀ ਲੈਂਦੇ ਹਾਂ ਸੋ ਬ੍ਰੇਕ ਤੋਂ ਪਹਿਲਾਂ ਜੀ ਜਿਸ ਤਰ੍ਹਾਂ ਮੈਂ ਪੁੱਛ ਰਿਹਾ ਸੀ ਕਿ ਇਹ ਹੁਣ ਇਸਟੈਬਲਿਸ਼ ਤੁਸੀਂ ਕੀਤਾ ਕਿ ਇਹਨਾਂ ਨੂੰ ਐਜੂਕੇਸ਼ਨ ਵਾਲੇ ਪਾਸੇ ਮੋਟੀਵੇਟ ਕੀਤਾ ਬੱਚਿਆਂ ਨੂੰ ਪਰ ਨਾਲ ਨਾਲ ਇਹਨਾਂ ਦੇ ਰਹਿਣ ਸਹਿਣ ਕਿਉਂਕਿ ਜਿਨ੍ਹਾਂ ਇਲਾਕਿਆਂ 'ਚ ਰਹਿੰਦੇ ਸੀ ਉਸ ਮੁਤਲਕ ਵੀ ਕੁਝ ਕੰਮ ਕੀਤਾ ਗਿਆ ਕੋਈ ਘਰ ਵਗੈਰਾ ਵੀ ਬਣਾਏ ਗਏ ਹਾਂਜੀ ਘਰ ਬੈਂਗਲੋਰ 'ਚ 22 ਪਰਿਵਾਰ ਸਨ ਸਭ ਤੋਂ ਪਹਿਲਾਂ 22 ਪਰਿਵਾਰਾਂ ਦੇ ਮਕਾਨ ਬਣਾਏ ਜੀ ਫਿਰ ਉਦੈਪੁਰ 33 ਪਰਿਵਾਰ ਸਨ 33 ਦੇ 33 ਪੱਕੇ ਮਕਾਨ ਬਣਾ ਕੇ ਦਿੱਤੇ ਫਿਰ ਕਰਨਾਟਕਾ ਵਿੱਚ ਸਕੀਮ ਸਨ ਗੌਰਮੈਂਟ ਦੀਆਂ ਵੀ 10,000 ਰੁਪਇਆ ਡਾਊਨ ਪੇਮੈਂਟ ਜਮ੍ਹਾਂ ਕਰਾਓ ਅਤੇ 40,000 ਦਾ ਮਕਾਨ ਗੌਰਮੈਂਟ ਪ੍ਰੀ ਫੈਬਰੀਕੇਟਿਡ ਮਟੀਰੀਅਲ ਦਾ 600 ਸਕੇਅਰ ਫੁੱਟ ਦੇ ਪਲਾਟ 'ਚ 4-5 ਮਹੀਨੇ 'ਚ ਬਣਾ ਦਿੰਦੀ ਸੀ ਪਰ ਉਹ ਲਾਈਨ ਆਉਂਦੀ ਸੀ ਅਕੋਰਡਿੰਗ ਟੂ ਹੋਰ ਦੁਨੀਆ ਵੀ ਅਪਲਾਈ ਕਰ ਸਕਦੀ ਸੀ ਬਿਲੋ ਪਾਵਰਟੀ ਜਦੋਂ ਇਹਨਾਂ ਦੀ ਵਾਰੀ ਆਉਂਦੀ ਮੇਰੇ ਖਿਆਲ 57 ਮਕਾਨ ਅਸੀਂ ਉਹ ਇਹਨਾਂ ਨੂੰ ਅਲਾਟ ਕਰਾ ਕੇ ਦਿੱਤੇ ਬਾਕੀ ਪੈਸੇ 20 ਸਾਲਾਂ 'ਚ ਇਹਨਾਂ ਨੇ ਆਪ ਤਾਰਨੇ ਹੁੰਦੇ ਸਨ ਫਿਰ ਮੈਸੂਰ ਵਿੱਚ 20 ਪਰਿਵਾਰ ਹੈਗੇ ਸਨ ਉੱਥੇ ਸਲਮ ਡਿਪਾਰਟਮੈਂਟ ਨੇ 4 ਮੰਜ਼ਲੇ ਅਪਾਰਟਮੈਂਟ ਬਣਾਏ ਅਤੇ ਉਹਨਾਂ ਨੂੰ ਅਪਾਰਟਮੈਂਟ ਅਲਾਟ ਕਰਤੇ ਠੀਕ ਹੈ ਉਹਦੇ 'ਚ ਉਹਨਾਂ ਨੇ 24,000 ਰੁਪਇਆ ਮੰਗਿਆ ਕਿਉਂਕਿ ਜਿੱਥੇ ਸਲਮ ਬਣਾਉਂਦੀ ਹੈ ਉਹ ਕੀਮਤ ਦਾ ਅੱਧ ਲੈਂਦੀ ਹੈ ਅੱਧੀ ਸਬਸਿਡੀ ਹੁੰਦੀ ਹੈ ਤੋ 24,000 ਵਿੱਚੋਂ ਜਿਹੜੇ ਤੇ ਮੇਲ ਮੈਂਬਰ ਸਨ 16,000 ਨਿਸ਼ਕਾਮ ਨੇ ਦਿੱਤਾ 8,000 ਰੁਪਇਆ ਉਹਨਾਂ ਨੇ ਆਪ ਦਿੱਤਾ ਜੀ 6-7 ਵਿਡੋ ਸਨ ਉਹ ਪੂਰਾ 24,000 ਰੁਪਇਆ ਨਿਸ਼ਕਾਮ ਨੇ ਦਿੱਤਾ 5 ਪਰਿਵਾਰਾਂ ਨੂੰ ਫਿਰ ਹੁਣ ਰੀਸੈਂਟਲੀ ਮੈਸੂਰ ਸਲਮ ਨੇ ਬਣਾ ਕੇ ਦਿੱਤੇ ਨੇ ਹੋਰ ਸੋ 25 ਉਹ ਹੈਗੇ ਰਾਈਟ ਸੋ ਤੁਸੀਂ ਉਹਨਾਂ ਦੇ ਵਾਸਤੇ ਇੱਕ ਤਰ੍ਹਾਂ ਦੇ ਕੈਟਲਿਸਟ ਵਜੋਂ ਵੀ ਕੰਮ ਕੀਤਾ ਕਿ ਆਪ ਵੀ ਕੁਝ ਪੈਸਾ ਪਾਇਆ ਉਹਨਾਂ ਨੂੰ ਵੀ ਦਿੱਤਾ ਅਤੇ ਉਹ ਹੁਣ ਰਿਹਾਇਸ਼ ਉਹਨਾਂ ਨੂੰ ਮਿਲ ਗਈ ਓਵਰਆਲ ਜਿਹੜਾ ਤੁਹਾਡਾ ਇਹ ਫੋਕਸ ਰਿਹਾ ਹੈਗਾ ਹੁਣ ਐਜੂਕੇਸ਼ਨ ਦੇ ਉੱਤੇ ਦਿੱਤਾ ਜਾ ਰਿਹਾ ਜਾਂ ਜਿਸ ਤਰ੍ਹਾਂ ਤੁਸੀਂ ਕਿਹਾ ਔਰਫਨਸ ਹੈਗੇ ਨੇ ਜਾਂ ਬਜ਼ੁਰਗ ਹੈਗੇ ਨੇ ਉਹਨਾਂ ਵਾਸਤੇ ਬਿਰਧ ਘਰ ਬਣਾਏ ਗਏ ਨੇ ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਸੇਵਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸੇਵਾ ਅਸੀਂ ਸਮਝਦੇ ਗੁਰਦੁਆਰੇ ਜਾ ਕੇ ਲੰਗਰ ਛਕਾਤਾ ਕਿਸੇ ਨੂੰ ਜਾਂ ਖਾਣਾ ਦੇ ਦਿੱਤਾ ਪਰ ਤੁਸੀਂ ਕਹਿ ਰਹੇ ਹੋ ਕਿ ਸਿਰਫ ਇਹ ਰੋਟੀ ਇੱਕ ਟਾਈਮ ਦੀ ਨਾ ਦੇ ਦਿਓ ਕਿਤੇ ਉਹਨਾਂ ਨੂੰ ਮੇਕ ਦੈਮ ਇੰਡੀਪੈਂਡੈਂਟ ਜਿਹਦੇ ਨਾਲ ਕਿ ਉਹ ਆਪਣੇ ਆਪ ਫਲਰਿਸ਼ ਕਰ ਸਕਣ ਇਹ ਜਿਹੜੀ ਸੋਚ ਹੈਗੀ ਇਹ ਫਰਦਰ ਹੋਰ ਇਸ ਨਾਲ ਕੀ ਕੁਝ ਤੁਸੀਂ ਪਲਾਨ ਕਰ ਰਹੇ ਹੈਗੇ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਮਕਾਨ ਬਣਾਉਣ ਦਾ ਇਹ ਸੀ ਵੀ ਘੱਟੋ ਘੱਟ ਇਹ ਪਰਿਵਾਰਾਂ ਨੂੰ ਡਿਸਟਰਬ ਨਹੀਂ ਕਰਨਗੇ ਠੀਕ ਹੈ ਆਪ ਤਾਂ ਇਹਨਾਂ ਦੀ ਇਹ ਸਿਸਟਮ ਹੈ ਕਿ ਅਗਰ ਉਸ ਪਰਟੀਕੁਲਰ ਸ਼ਹਿਰ ਵਿੱਚ ਕੰਮ ਨਹੀਂ ਇਹਨਾਂ ਦਾ ਹੁਣ ਚੱਲ ਰਿਹਾ ਜੀ ਪਤਾ ਲੱਗਿਆ ਕਿਸੇ ਦੂਸਰੇ ਸ਼ਹਿਰ 'ਚ ਬਹੁਤ ਕੰਮ ਸ਼ੁਰੂ ਹੋ ਗਿਆ ਅਤੇ ਉੱਥੇ ਜਾ ਕੇ ਝੌਂਪੜੀ ਪਾ ਕੇ 3-4 ਮਹੀਨੇ ਲਗਾ ਕੇ ਫਿਰ ਵਾਪਸ ਆ ਜਾਂਦਾ ਜੀ ਪਰ ਸਾਡੀ ਲਿਮਿਟੇਸ਼ਨ ਇਹ ਰਹਿ ਗਈ ਵੀ ਹੁਣ ਜਿਹੜੇ ਬਾਕੀ ਪਰਿਵਾਰ ਹੈਗੇ
ਉਹਨਾਂ ਦੀ ਜਗ੍ਹਾ ਆਪਣੀ ਨਹੀਂ ਜਿੱਥੇ ਚੁੱਗੀਆਂ ਪਾਈਆਂ। ਸੋ ਅਸੀਂ ਉਹ ਰਿਸਕ ਨਹੀਂ ਲੈ ਸਕਦੇ ਸੰਗਤ ਦਾ, ਪੈਸਾ ਖਰਚ ਕਰ ਦਿਓ ਕੱਲ੍ਹ ਡਿਮੋਲਿਸ਼ ਹੋ ਜਾਏ, ਡਿਮੋਲਿਸ਼ ਕਰ ਦੇਵੇ ਜੀ। ਸੋ ਪਰ ਸਾਡੇ ਕੋਲ ਜਿਹੜਾ ਮਕਾਨਾਂ ਦਾ ਇਹਨਾਂ ਦਾ ਪੈਸਾ ਪਿਆ ਹੋਇਆ, ਉਹ ਅਸੀਂ ਪੰਜਾਬ ਵਿੱਚ ਹੁਣ ਗਰੀਬ ਸਿੱਖਾਂ ਦੇ ਮਕਾਨ ਬਣਾਉਣ ਦਾ ਪ੍ਰੋਗਰਾਮ ਬਣਾਇਆ। ਤਹਿਸੀਲ ਪੱਟੀ ਦੇ ਤਕਰੀਬਨ 20-22 ਪਰਿਵਾਰਾਂ ਦੇ ਅਸੀਂ ਆਲਰੇਡੀ ਡਿਟੇਲ ਮੰਗਵਾਈ ਹੈ, ਉਹਨਾਂ ਦੇ ਮਕਾਨਾਂ ਦੀਆਂ ਫੋਟੋਜ਼, ਪਰਿਵਾਰ ਦੀਆਂ ਫੋਟੋਜ਼, ਕੰਮ ਕੀ ਕਰਦੇ ਹੈਗੇ, ਇਨਕਮ ਕੀ ਹੈਗੀ ਹੈ। ਸੋ ਉਹਨਾਂ ਵਿੱਚੋਂ ਜਿਹਨਾਂ ਨੂੰ ਅਸੀਂ ਐਲੀਜੀਬਲ ਸਮਝਾਂਗੇ, ਅਸੀਂ ਉਹ ਮਕਾਨ ਬਣਾ ਦਿਆਂਗੇ। ਮੋਹਨ ਸਿੰਘ ਜੀ, ਆਮ ਤੌਰ 'ਤੇ ਸਿੱਖ ਇੰਸਟੀਟਿਊਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਕਈ ਵਾਰ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਸਾਹਮਣੇ ਜਦੋਂ ਅਸੀਂ ਦੇਖਦੇ ਆ ਜਾਂਦੀਆਂ ਨੇ ਕਿ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਸੈਕਟਰੀ, ਇਹ ਚੱਕਰਾਂ 'ਚ ਹੀ ਕਈ ਵਾਰੀ ਅਸੀਂ ਉਲਝ ਕੇ ਰਹਿ ਜਾਂਦੇ ਹੈਗੇ ਹਾਂ। ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਜਿਹੜਾ ਕੋਨਸੈਪਟ ਹੈਗਾ ਇਹਦੀ ਫੰਕਸ਼ਨਿੰਗ ਦਾ, ਕਿਸ ਤਰ੍ਹਾਂ ਤੁਸੀਂ ਇਹ ਐਲੋਕੇਟ ਕਰਦੇ ਹੋ ਆਪਣੇ ਫੰਡਸ ਨੂੰ, ਕੀ ਸਿਸਟਮ ਕੀ ਤੁਸੀਂ ਇਵੋਲਵ ਕੀਤਾ ਹੈ? ਨਿਸ਼ਕਾਮ ਦਾ ਸਿਸਟਮ ਬਹੁਤ ਵਧੀਆ। ਅਸੀਂ ਸਿਰਫ ਪ੍ਰੈਜ਼ੀਡੈਂਟ ਇਲੈਕਟ ਕਰਦੇ ਹਾਂ ਐਵਰੀ 3 ਈਅਰਸ ਜੀ। ਪ੍ਰੈਜ਼ੀਡੈਂਟ ਆਪਣਾ ਸੈਕਟਰੀ, ਆਪਣਾ ਟ੍ਰੇਜਰ ਅਤੇ ਆਪਣਾ ਵਾਈਸ ਪ੍ਰੈਜ਼ੀਡੈਂਟ, ਟੀਮ ਆਪਣੀ ਆਪ ਚੁਣਦਾ ਹੈ ਜੀ। ਸੋ ਇਸ ਕਰਕੇ ਉਹਨੂੰ ਖੁੱਲ੍ਹ ਹੈਗੀ ਹੈ। ਅਗਰ ਉਹਨਾਂ 'ਚੋਂ ਕੋਈ ਉਹਦੇ ਨਾਲ ਨਹੀਂ ਚੱਲਦਾ, ਇਹ ਕੈਨ ਚੇਂਜ ਅਟੈਂਡੈਂਟ ਹੈ। ਸੋ ਇਸ ਕਰਕੇ ਨਿਸ਼ਕਾਮ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ। ਫਿਰ ਪ੍ਰੈਜ਼ੀਡੈਂਟ ਨੂੰ ਪਤਾ ਐਵਰੀ 3 ਈਅਰ ਵੀ ਆਰ ਗੋਇੰਗ ਟੂ ਚੇਂਜ, ਰਾਈਟ? ਸੋ ਦੇ ਟਰਾਈ ਟੂ ਡੂ ਵਟ ਐਵਰ ਪੋਸੀਬਲ ਦੇ ਆਰ ਏਬਲ ਟੂ ਡੂ। ਐਡਮਿਨਿਸਟ੍ਰੇਟਿਵ ਐਕਸਪੈਂਸਿਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਜੇ ਸਪੋਜ਼ ਇੱਕ ਡਾਲਰ ਜਿਹੜਾ ਹੈਗਾ ਉਹਦੇ 'ਚੋਂ ਕਿੰਨਾ ਕੁ ਪੈਸਾ ਜਿਹੜਾ ਹੈਗਾ ਇਨ ਐਕਚੁਅਲਿਟੀ ਜਿਹੜਾ ਜਾ ਕੇ ਲੱਗਦਾ ਜਿਹੜੇ ਕੌਜ਼ ਵਾਸਤੇ ਇਕੱਠਾ ਹੋ ਰਿਹਾ ਹੈਗਾ? 15% ਤੋਂ ਘੱਟ ਹੈ ਜੀ। ਠੀਕ ਹੈ। 5% US ਹੋ ਜਾਂਦਾ ਹੈਗਾ, ਕਿਉਂਕਿ ਫੰਡ ਰੇਜ਼ਿੰਗ ਵਿੱਚ ਜਿਹੜਾ ਐਕਸਪੈਂਡੀਚਰ ਮੇਰਾ ਹੁੰਦਾ, ਰਾਈਟ। 10% ਇੰਡੀਆ 'ਚ ਹੈਗਾ। ਠੀਕ ਹੈ। ਕਿਉਂਕਿ ਨਿਸ਼ਕਾਮ ਦਾ ਮੈਨੇਜਮੈਂਟ ਸਾਰਾ ਵਲੰਟਰੀ ਹੈ। ਠੀਕ ਹੈ। ਇੰਪਲਾਈਜ਼ ਆਰ ਪੇਡ, ਕੋਈ ਵੀ ਐਗਜ਼ੀਕਟਿਵ ਦਾ ਬੰਦਾ, ਕਿਸੇ ਨੂੰ ਕੋਈ ਅਲਾਊਂਸ, ਕਿਸੇ ਨੂੰ ਕੋਈ ਸੈਲਰੀ, ਦੇ ਆਰ ਆਲ ਵਲੰਟੀਅਰ, ਰਾਈਟ। ਐਂਡ ਤੁਹਾਨੂੰ ਬਹੁਤ ਲੰਮਾ ਸਮਾਂ ਹੋ ਗਿਆ ਜੀ ਸੰਸਥਾ ਨਾਲ ਜੁੜੇ ਹੋਏ, ਜਿਹੜਾ ਕਿ ਤੁਸੀਂ ਜਾ ਕੇ ਇਹ ਮੈਸੇਜ ਨੂੰ ਲੈ ਕੇ ਅੱਗੇ ਜਾ ਰਹੇ ਹੋ। ਓਵਰਆਲ ਜਿਹੜਾ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ, ਕਿਸ ਤਰੀਕੇ ਨਾਲ ਹੋਰ ਫਰਦਰ ਤੁਸੀਂ ਪਲਾਨਸ ਕਰ ਰਹੇ ਹੋ ਕਿ ਸਿੱਖਲੀ ਘਰ ਸਿੱਖਾਂ ਦਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ 1 ਕਰੋੜਾਂ ਦੀ ਗਿਣਤੀ 'ਚ ਹੈਗੇ ਨੇ ਕਿਹਾ ਜਾਂਦਾ ਭਾਰਤ ਦੇ ਵਿੱਚ, ਜਿਹਨਾਂ ਦੀ ਕਿ ਬਹੁਤ ਮਾੜੀ ਹਾਲਤ ਹੈਗੀ ਹੈ, ਜਿਹਨਾਂ ਨੂੰ ਕਿ ਅਸੀਂ ਸ਼ਾਇਦ ਸਿੱਖ ਭੁੱਲੇ ਬੈਠੇ ਹੋਏ ਨੇ, ਪਰ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਗਿਆ, ਐਜੂਕੇਸ਼ਨ ਦਾ ਇੱਕ ਕੌਂਸੈਪਟ ਲੈ ਕੇ ਆਏ। ਅੱਗੇ ਫਰਦਰ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਕੀ ਫੋਕਸ ਰਹੇਗਾ, ਕਿਹੜੀ ਚੀਜ਼ਾਂ ਦਾ ਧਿਆਨ ਦੇ ਰਹੇ ਹੋ ਤੁਸੀਂ? ਫੋਕਸ ਸਾਡਾ ਕਾਫੀ ਹੈ, ਸਕਾਲਰਸ਼ਿਪ ਵੱਲ ਫੋਕਸ ਹੈ ਜੀ। 6ਵੀਂ ਤੋਂ ਲੈ ਕੇ ਇੰਜੀਨੀਅਰਿੰਗ ਮੈਡੀਕਲ ਕਾਲਜਸ ਦੇ ਬੱਚਿਆਂ ਨੂੰ ਸਕਾਲਰਸ਼ਿਪ ਦਿੰਦੇ। ਓਕੇ। ਫਿਰ ਸਾਡਾ ਪ੍ਰੋਗਰਾਮ ਹੈ ਪਰਪੈਚੁਅਲ ਸਕਾਲਰਸ਼ਿਪ ਇੰਸਟੀਟਿਊਟ ਕਰਨ ਦਾ। ਸਿੱਖਲੀਗੜ ਸਿੱਖਾਂ ਦਾ ਤੁਸੀਂ ਲੋਕਾਂ ਨੂੰ ਕਹਿੰਦੇ ਹਾਂ ਵੀ ਇੱਕ ਸਕੂਲ ਦਾ ਬੱਚਾ ਪੜ੍ਹਾ ਦਿਓ ਜੀ, $10 ਮਹੀਨੇ ਦੀ ਪਲੈਜ ਹੈ। ਨਿਸ਼ਕਾਮ ਕੈਨੇਡਾ ਰਜਿਸਟਰਡ ਚੈਰਿਟੀ ਹੈ ਜੀ, www.nishkamcanada.org ਤੇ ਜਾ ਕੇ ਕ੍ਰੈਡਿਟ ਕਾਰਡ ਦੇ ਅਗੇਂਸਟ $10 ਦੀ ਪਲੈਜ ਦੇ ਦਿਓ ਅਤੇ ਇੱਕ ਬੱਚਾ ਸਪੋਂਸਰ ਹੋ ਗਿਆ। $20 ਦੀ ਪਲੈਜ ਦੇ ਦਿਓ, ਇੱਕ ਫੈਮਿਲੀ ਨੂੰ ਪੈਨਸ਼ਨ ਹੋ ਜਾਏਗੀ। ਅਤੇ ਜੇ ਤੁਹਾਡੇ ਕੋਲ ਪੈਸੇ ਇੰਡੀਆ ਵਿੱਚ ਪਏ 1.5 ਲੱਖ ਰੁਪਇਆ ਜਾਂ $3,000 ਕੈਨੇਡੀਅਨ ਕੰਟਰੀਬਿਊਟ ਕਰ ਦਿਓ ਜੀ, ਨਿਸ਼ਕਾਮ ਉਹ ਪੈਸਾ ਫਿਕਸ ਡਿਪੋਜ਼ਿਟ ਪਾ ਦਿੰਦੀ ਜੀ, ₹12,000 ਸਾਲ ਦਾ ਇੰਟਰਸਟ ਮਿਲ ਜਾਂਦਾ ਜੀ। ਉਹ ਪੈਸਾ ਨਿਸ਼ਕਾਮ ਸਕਾਲਰਸ਼ਿਪ ਵਜੋਂ ਨੀਡੀ ਸਟੂਡੈਂਟ ਨੂੰ ਦਿੰਦੀ, ਜਿਹੜਾ ਲੰਬੇ ਸਮੇਂ ਜਿਹਨਾਂ ਨੇ 1994-95 ਇੰਸਟੀਟਿਊਟ ਕੀਤੇ ਸਨ ਜੀ, ਅੱਜ ਵੀ ਅਸੀਂ ਉਹ ਸਕਾਲਰਸ਼ਿਪ ਦੇ ਰਹੇ ਅਤੇ ਹਰ ਸਾਲ ਉਹਨਾਂ ਨੂੰ ਬਾਕਾਇਦਾ ਇੰਟੀਮੇਸ਼ਨ ਭੇਜਦੇ ਹਾਂ। ਇੰਨਾ ਸੂਦ ਆਇਆ ਸੀ, ਇਹ 3 ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦਾ, ਬੱਚਿਆਂ ਦਾ ਬਾਇਓਡੇਟਾ, ਫੋਟੋ, ਅਮਾਊਂਟ ਸਾਰਾ ਦਿੰਦੇ ਹਾਂ। ਫੈਮਿਲੀਜ਼ ਨੂੰ ਜਿਹੜਾ ਪੈਸਾ ਦਿੰਦੇ ਹਾਂ ਜੀ, ਹਰ ਸਾਲ ਤੁਹਾਨੂੰ ਵਾਪਸ ਪਹਿਲੇ ਤਾਂ ਇਨੀਸ਼ਲੀ ਬਾਇਓਡੇਟਾ ਦਿੰਦੇ ਹਾਂ ਫੈਮਿਲੀ ਦਾ, ਇਹ ਬੱਚੇ ਦਾ ਜੀ, ਸਾਲ ਬਾਅਦ ਬੱਚੇ ਦਾ ਰਿਜ਼ਲਟ ਦਿੰਦੇ ਹਾਂ, ਫੈਮਿਲੀ ਨੂੰ ਜਿਹੜੇ ਪੈਸੇ ਦਿੱਤੇ ਨੇ ਉਹਦਾ ਵੇਰਵਾ ਦਿੰਦੇ ਹਾਂ। ਮੈਡੀਕਲ ਕੇਸਿਸ ਨਿਸ਼ਕਾਮ ਲੈਂਦੀ ਹੈ ਗਰੀਬੜਿਆਂ ਦੇ, ਤਾਂ ਉਦੋਂ ਪਤਾ ਲੱਗਿਆ ਜਦੋਂ ਬੱਚੇ ਦਾ ਕਿਤੇ ਹਾਰਟ ਦੀ ਪ੍ਰੋਬਲਮ ਹੋ ਗਈ, ਕਿਤੇ ਕਿਡਨੀ ਦੀ ਪ੍ਰੋਬਲਮ ਹੋ ਗਈ। ਮੇਜਰ ਓਪਰੇਸ਼ਨਸ ਅਸੀਂ ਗੌਰਮੈਂਟ ਹਾਸਪਿਟਲਸ ਵਿੱਚ ਚੈੱਕ ਦੇ ਕੇ ਓਪਰੇਸ਼ਨ ਕਰਾ ਦਿੰਦੇ ਹਰ ਸਾਲ ਜੀ, 2-3-4 ਬੁੱਢਿਆਂ ਦੇ ਨਹੀਂ, ਉਹਨਾਂ ਦੇ ਵੀ ਜਿਨ੍ਹਾਂ ਦੇ ਬੱਚਣ ਦੇ ਨਾਲ, ਇੱਕ ਤਾਂ ਬੱਚੇ, ਦੂਜਾ ਉਹ ਪੇਰੈਂਟਸ ਵੀ ਜਿਹੜੇ ਅਗਰ ਰਹਿ ਜਾਣਗੇ ਤਾਂ ਬੱਚੇ ਪਾਲ ਸਕਣਗੇ, ਰਾਈਟ? ਉਹ ਜੇ ਕੇਸਿਸ ਲੈਂਦੇ ਹਾਂ ਜੀ।
ਫਿਰ ਜਦੋਂ ਫਲੱਡਸ ਆ ਜਾਂਦੇ ਜਾਂ ਅਰਥਕਵੇਕ ਆ ਜਾਂਦੇ, ਬਾਕੀ ਸਿੱਖ ਸੰਸਥਾਵਾਂ ਨਾਲ ਮਿਲ ਕੇ ਡਟ ਕੇ ਕੰਮ ਕਰਦੇ ਹਾਂ ਜੀ। ਬਕਾਇਦਾ ਭਾਵੇਂ ਉਹ ਕਸ਼ਮੀਰ ਹੋਵੇ, ਭਾਵੇਂ ਮਹਾਰਾਸ਼ਟਰ ਹੋਵੇ, ਭਾਵੇਂ ਗੁਜਰਾਤ ਹੋਵੇ, ਭਾਵੇਂ ਪੰਜਾਬ ਹੋਵੇ। ਅਜੇ ਵੀ ਕੋਈ ਚੈਲੇਂਜਸ ਤੁਸੀਂ ਤੁਹਾਡੀ ਸੰਸਥਾ ਫੇਸ ਕਰ ਰਹੀ ਹੈ, ਕਿਉਂਕਿ ਲੰਮਾ ਸਮਾਂ ਹੋ ਗਿਆ ਇਸ ਨੂੰ ਅਸਟੈਬਲਿਸ਼ ਹੋਏ, ਅਪਾਰਟ ਫਰੋਮ ਫਾਈਨੈਂਸਿਸ ਜਿਹੜੀ ਕਿ ਸੰਗਤਾਂ ਤੋਂ ਆਉਂਦੇ ਨੇ, ਕੋਈ ਹੋਰ ਵੀ ਚੈਲੇਂਜਸ ਹੈਗੇ ਨੇ ਜੀ? ਨਹੀਂ ਨਹੀਂ, ਸਾਨੂੰ ਚੈਲੇਂਜ ਕੋਈ ਨਹੀਂ। ਸਾਨੂੰ ਚੈਲੇਂਜ ਸਿਰਫ ਵਾਲੰਟੀਅਰ ਦਾ ਜ਼ਰੂਰ ਹੁੰਦਾ ਜੀ, ਫੀਲਡ ਵਾਸਤੇ। ਰਾਈਟ, ਜਿਵੇਂ ਤੁਸੀਂ ਕਹਿੰਦੇ ਨਾ ਸਿੱਖ ਲੀਗਰ ਤਾਂ ਬਹੁਤ ਹੈਗੇ ਜੀ, ਪਰ ਉਹਨਾਂ ਨੂੰ ਮਾਨੀਟਰ ਕਰਨ ਵਾਸਤੇ ਰੈਗੂਲਰ ਵਿਜ਼ਿਟ ਚਾਹੀਦੇ ਨੇ। ਹੁਣ ਕਰਨਾਟਕਾ ਸਾਡੇ ਦੋ ਬੰਦੇ ਹਰ ਸਾਲ ਜਾਂਦੇ, ਰਾਈਟ, 12-14 ਦਿਨ ਦਾ ਟ੍ਰਿਪ ਲਗਾ ਕੇ ਟੂ ਮਾਨੀਟਰ ਬੱਚੇ ਸਕੂਲਾਂ। ਹਾਲਾਂਕਿ ਅਸੀਂ ਮਿਸ਼ਨਰੀ ਰੱਖੇ ਹੋਏ ਨੇ ਜੀ, 3 ਮਿਸ਼ਨਰੀ ਕਰਨਾਟਕਾ 'ਚ ਹੈਗੇ ਨੇ, 4 ਮਿਸ਼ਨਰੀ ਯੂਪੀ 'ਚ ਹੈਗੇ ਨੇ, ਜਿਹੜੇ ਬਾਕਾਇਦਾ ਬੱਚਿਆਂ ਨੂੰ ਸਕੂਲਾਂ 'ਚ ਐਡਮਿਟ ਕਰਾਉਂਦੇ, ਫੀਸਾਂ ਚੈੱਕ ਦੇ ਕੇ ਆਉਂਦੇ, ਸਾਰਾ ਕੁਝ ਮੈਨੇਜ ਕਰਦੇ। ਰਾਈਟ, ਇਨ ਸਪਾਈਟ ਆਫ ਦੈਟ ਇੰਪਲਾਈਜ਼ ਜਿਹੜੇ ਉਹਨਾਂ ਦੇ ਲਿਮਿਟਡ ਰੋਲ ਹੁੰਦਾ, ਐਬਸੋਲੂਟਲੀ, ਲੇਕਿਨ ਜਿਹੜੇ ਵਾਲੰਟੀਅਰਸ ਹੁੰਦੇ ਨੇ ਉਹਨਾਂ ਦਾ ਬਹੁਤ ਮੇਜਰ ਰੋਲ ਹੁੰਦਾ, ਐਬਸੋਲੂਟਲੀ, ਕਿਉਂਕਿ ਉਹ ਜਾ ਕੇ ਐਕਚੁਅਲੀ ਦੇਖਦੇ ਨੇ ਕਿ ਇਹ ਬੱਚੇ ਸਕੂਲ ਜਾ ਵੀ ਰਹੇ, ਬਿਲਕੁਲ ਨਹੀਂ ਜਾ ਰਹੇ, ਅਟੈਂਡੈਂਸ ਪੂਰੀ ਦੇ ਰਹੇ ਨਹੀਂ ਦੇ ਰਹੇ, ਸੋ ਮੋਟੀਵੇਟ ਕਰਦੇ ਹੈਗੇ। ਐਬਸੋਲੂਟਲੀ। ਅਖੀਰ ਵਿੱਚ ਜਿਹੜੇ ਅੱਜ ਸੰਗਤ ਸਾਡੇ ਪੂਰੇ ਕੈਨੇਡਾ ਭਰ ਵਿੱਚ ਪ੍ਰੋਗਰਾਮ ਨੂੰ ਦੇਖ ਰਹੇ ਨੇ, ਉਹਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ, ਕਿਸ ਤਰੀਕੇ ਨਾਲ ਉਹ ਵੀ ਇਸ ਦਾ ਹਿੱਸਾ ਬਣ ਸਕਦੇ ਨੇ? ਮੈਸੇਜ ਇਹ ਹੈ ਕਿ ਨਿਸ਼ਕਾਮ ਬਹੁਤ ਕ੍ਰੈਡੀਬਲ ਆਰਗੇਨਾਈਜੇਸ਼ਨ ਹੈ ਜੀ, ਇਤਬਾਰ ਕਰ ਸਕਦੇ ਹੋ, ਜੋ ਤੁਸੀਂ ਪੈਸਾ ਦਿੰਦੇ ਹੋ ਤੁਹਾਨੂੰ ਬਾਕਾਇਦਾ ਫੀਡਬੈਕ ਦਿੰਦੀ ਹੈ ਜੀ। ਤੁਹਾਡੇ 'ਤੇ ਗਿਲਾ ਹੈ ਕਿ ਕਈ ਵਾਰ ਤੁਸੀਂ ਮੁੜ ਕੇ ਜਵਾਬ ਨਹੀਂ ਮੰਗਦੇ, ਜਵਾਬ ਮੰਗੋ। ਰਾਈਟ, ਕੋਈ ਵੀ ਤੁਹਾਨੂੰ ਪ੍ਰੋਬਲਮ ਹੈ, ਕੋਈ ਵੀ ਗੱਲ ਪੁੱਛਣਾ ਚਾਹੁੰਦੇ ਹੋ ਜੀ, ਨਿਸ਼ਕਾਮ ਵਿਦ ਇਨ ਵੀਕ ਤੁਹਾਨੂੰ ਜਵਾਬ ਦਿੰਦੀ ਹੈ। ਰਾਈਟ, ਸੋ ਤੁਹਾਡੇ 'ਤੇ ਗਿਲਾ ਹੈ ਵੀ ਸਿੱਖ ਕਮਿਊਨਿਟੀ ਪੈਸੇ ਦੇ ਦਿੰਦੀ ਹੈ, ਮੁੜ ਕੇ ਪੁੱਛਦੀ ਨਹੀਂ ਕੀ ਕੀਤਾ ਹੈਗਾ, ਪੁੱਛੋ। ਜਿਹੜੇ ਪੁੱਛਦੇ ਹੈਗੇ ਉਹਨਾਂ ਨੂੰ ਬਾਕਾਇਦਾ ਤਸੱਲੀ ਬਖਸ਼ ਜਵਾਬ ਦਿੰਦੀ ਹੈ ਨਿਸ਼ਕਾਮ। ਰਾਈਟ, ਨਿਸ਼ਕਾਮ ਕਮਿਊਨੀਕੇਸ਼ਨ ਬਹੁਤ ਅੱਛੀ ਹੈ, ਸਾਰਾ ਕੁਝ ਕੰਪਿਊਟਰਾਈਜ਼ਡ ਹੈ। ਤੁਸੀਂ ਹਿਸਾਬ ਵੀ ਮੰਗੋ ਅਤੇ ਇੰਟਰਨੈੱਟ 'ਤੇ ਜਾਓ ਅਤੇ 5 ਸਾਲ ਦਾ ਨਿਸ਼ਕਾਮ ਦੇ ਅਕਾਊਂਟ ਹਮੇਸ਼ਾ ਤੁਹਾਨੂੰ ਇੰਟਰਨੈੱਟ 'ਤੇ ਮਿਲਣ। ਰਾਈਟ, ਨਿਸ਼ਕਾਮ ਕੈਨੇਡਾ ਦਾ ਤਾਂ ਕੋਈ ਐਡਮਿਨਿਸਟ੍ਰੇਟਿਵ ਐਕਸਪੈਂਡੀਚਰ ਆਈ ਨਹੀਂ, ਉਹਨਾਂ ਨੇ ਸਿੱਧਾ ਰੱਖਿਆ ਸਾਰਾ ਪੈਸਾ ਇੰਡੀਆ ਭੇਜਦੇ ਨੇ। ਜਿਹੜਾ ਐਡਮਿਨਿਸਟ੍ਰੇਟਿਵ ਐਕਸਪੈਂਡੀਚਰ ਹੈ ਉਹ ਜਿੰਨੇ ਐਗਜੈਕਟਿਵ ਦੇ ਬੰਦੇ ਨੇ ਉਹ ਕੰਟਰੀਬਿਊਟ ਕਰਦੇ ਨੇ ਬਾਹਰੋਂ ਬਾਹਰ। ਠੀਕ, ਸੋ ਇਹਦੇ ਵਿੱਚ ਜੇ ਕੋਈ ਹੋਰ ਜਾਣਕਾਰੀ ਲੈਣੀ ਤਾਂ ਕਿੱਥੋਂ ਲਈ ਜਾ ਸਕਦੀ, ਤੁਹਾਨੂੰ ਕਿੱਥੇ ਸੰਪਰਕ ਕੀਤਾ ਜਾ ਸਕਦਾ? ਤੁਹਾਡੇ BC ਵਿੱਚ ਸਰ ਮੋਹਨ ਸਿੰਘ ਦਿਓਲ ਹੈਗੇ ਨੇ ਜੀ, 935 ਉਹਨਾਂ ਦਾ ਫੋਨ ਨੰਬਰ ਹੈ, 604-589-1336 ਕਰਦਾ ਹੈਗਾ। ਠੀਕ ਹੈ, ਉਹਨਾਂ ਦਾ ਸੈੱਲ ਫੋਨ ਹੈ 604-834-2811। ਠੀਕ ਹੈ ਜੀ, ਸੋ ਉਹ ਹਮੇਸ਼ਾ ਹੁਣ ਤੋਂ ਰਿਟਾਇਰ ਹੋ ਗਏ, ਪੂਰਾ ਟਾਈਮ ਅਵੇਲੇਬਲ ਹੁੰਦਾ। ਚਲੋ, ਬਹੁਤ ਖੂਬ ਜੀ, ਇਹ ਜੋ ਸੇਵਾ, ਨਿਸ਼ਕਾਮ ਸੇਵਾ ਤੁਸੀਂ ਕਰ ਰਹੇ ਹੋ ਜੀ, ਧੰਨਵਾਦ ਤੁਹਾਡਾ ਕਿ ਇਸ ਨੂੰ ਤੁਸੀਂ ਕੰਟੀਨਿਊ ਰੱਖ ਰਹੇ ਹੋ ਅਤੇ ਮੈਸੇਜ ਨੂੰ ਸਪਰੈਡ ਕਰਦੇ ਹੋ। ਇਸੇ ਤਰੀਕੇ ਨਾਲ ਇਹ ਔਰਗਨਾਈਜੇਸ਼ਨ ਵਧਦੀ ਫੁੱਲਦੀ ਰਹੇ ਅਤੇ ਜਿਹੜੇ ਹੱਕਦਾਰ ਲੋਕ ਨੇ ਉਹਨਾਂ ਨੂੰ ਇਹ ਬੈਨੀਫਿਟਸ ਮਿਲਦੇ ਰਹਿਣ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਨਿਸ਼ਕਾਮ ਸਿੱਖ ਵੈਲਫੇਅਰ ਕਾਊਂਸਲ ਤੋਂ ਸਰਦਾਰ ਮੋਹਨ ਸਿੰਘ ਨੇ ਜੋ ਇਨਫੋਰਮੇਸ਼ਨ ਦਿੱਤੀ ਹੈ, $10 ਨਾਲ ਤੁਸੀਂ ਇੱਕ ਬੱਚੇ ਨੂੰ ਅਡੋਪਟ ਕਰ ਸਕਦੇ ਹੋ। ਉਸ ਤੋਂ ਇਲਾਵਾ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਹੋਰ ਬਹੁਤ ਸਾਰੇ ਪ੍ਰੋਗਰਾਮ ਜੋ ਇਹ ਔਰਗਨਾਈਜ਼ ਕਰਦੇ ਨੇ ਉਹਦਾ ਵੀ ਤੁਸੀਂ ਹਿੱਸਾ ਬਣ ਸਕਦੇ ਹੋ। ਪ੍ਰੋਗਰਾਮ ਦੀ ਕਰਦੇ ਇੱਥੇ ਹੀ ਸਮਾਪਤੀ। ਫੀਡਬੈਕ ਦੇ ਸਕਦੇ ਹੋ 604-603-7555 ਜਾਂ ਫਿਰ ਈਮੇਲ ਜ਼ਰੀਏ ਵੀ ਸੰਪਰਕ ਕਰ ਸਕਦੇ ਹੋ, ਹਰਪ੍ਰੀਤ ਸਿੰਘ ਸ਼ੋਅ @gmail.com। ਇੱਥੇ ਹੀ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।